ਸੰਗਤਾਂ ਇਸ ਤੋਂ ਵੱਧ ਸੰਗਤਾਂ ਅੱਗੇ ਤੱਕ ਵੀ ਇਹ ਜ਼ਰੂਰ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਕਲਕੱਤੇ ਦਾ ਸਿੱਖ ਭਾਈਚਾਰਾ ਇਕੱਠਾ ਹੋਇਆ ਹੈ। ਰੋਸ ਹੈ ਸਭ ਦੇ ਮਨਾਂ ਵਿੱਚ ਸਿੱਖਾਂ ਦੇ ਉੱਤੇ, ਜਿਸ ਤਰੀਕੇ ਨਾਲ ਉਹ ਪੁਲਿਸ ਨੇ ਇੱਕ ਤਰੀਕੇ ਨਾਲ ਹਮਲਵਾਰ ਹੋ ਕੇ ਸਿੱਖਾਂ ਨੂੰ ਜਿਸ ਤਰ੍ਹਾਂ ਕੁੱਟਿਆ, ਰੋਡ 'ਤੇ ਘੜੀਸਿਆ, ਉਹਨਾਂ ਦੇ ਕਕਾਰਾਂ ਦੀ ਬੇਅਦਬੀ ਹੋਈ, ਦਸਤਾਰ ਨੂੰ ਪੈਰਾਂ ਵਿੱਚ ਰੋਲਿਆ ਗਿਆ, ਉਸ ਚੀਜ਼ ਦਾ ਹਰ ਸਿੱਖ ਦੇ ਅੰਦਰ ਬਹੁਤ ਗੁੱਸਾ ਹੈ। ਉਹ ਗੁੱਸੇ ਨੂੰ ਆਪਦੇ ਕੰਮ ਧੰਦੇ, ਜ਼ਰੂਰੀ ਕੰਮ ਛੱਡ ਕੇ ਸ੍ਰੀ ਗੁਰੂ ਸਿੰਘ ਸਭਾ ਕਲਕੱਤਾ ਦੇ ਸੱਦੇ 'ਤੇ ਅੱਜ ਕਲਕੱਤੇ ਦਾ ਭਾਈਚਾਰਾ ਰਾਹਾਂ ਦੇ ਉੱਤੇ ਹੈ। ਇਸ ਤਰੀਕੇ ਦਾ ਸਬੂਤ ਸਾਨੂੰ ਸਿੱਖਾਂ ਨੂੰ ਹਰ ਇੱਕ ਮਸਲੇ 'ਚ ਇਕੱਠੇ ਹੋ ਕੇ ਦੇਣਾ ਚਾਹੀਦਾ। ਜਸਟਿਸ, ਜਸਟਿਸ, ਮੁਰਦਾਬਾਦ, ਮੁਰਦਾਬਾਦ, ਜਸਟਿਸ, ਜਸਟਿਸ। ਹਮਲਵਾਰ ਹੋ ਕੇ ਸਿੱਖਾਂ ਨੂੰ ਜਿਸ ਤਰ੍ਹਾਂ ਕੁੱਟਿਆ, ਰੋਡ 'ਤੇ ਘੜੀਸਿਆ, ਉਹਨਾਂ ਦੇ ਕਕਾਰਾਂ ਦੀ ਬੇਅਦਬੀ ਹੋਈ, ਦਸਤਾਰ ਨੂੰ ਪੈਰਾਂ ਵਿੱਚ ਰੋਲਿਆ ਗਿਆ, ਉਸ ਚੀਜ਼ ਦਾ ਹਰ ਸਿੱਖ ਦੇ ਅੰਦਰ ਬਹੁਤ ਗੁੱਸਾ ਹੈ। ਉਹ ਗੁੱਸੇ ਨੂੰ ਆਪਦੇ ਕੰਮ ਧੰਦੇ, ਜ਼ਰੂਰੀ ਕੰਮ ਛੱਡ ਕੇ ਸ੍ਰੀ ਗੁਰੂ ਸਿੰਘ ਸਭਾ ਕਲਕੱਤਾ ਦੇ ਸੱਦੇ 'ਤੇ ਅੱਜ ਕਲਕੱਤੇ ਦਾ ਭਾਈਚਾਰਾ ਰਾਹਾਂ ਦੇ ਉੱਤੇ ਹੈ। ਇਸ ਤਰੀਕੇ ਦਾ ਸਬੂਤ ਸਾਨੂੰ ਸਿੱਖਾਂ ਨੂੰ ਹਰ ਇੱਕ ਮਸਲੇ 'ਚ ਇਕੱਠੇ ਹੋ ਕੇ ਦੇਣਾ ਚਾਹੀਦਾ। ਜਸਟਿਸ, ਜਸਟਿਸ, ਮੁਰਦਾਬਾਦ, ਮੁਰਦਾਬਾਦ, ਜਸਟਿਸ, ਜਸਟਿਸ। ਹਮਲਵਾਰ ਹੋ ਕੇ ਸਿੱਖਾਂ ਨੂੰ ਜਿਸ ਤਰ੍ਹਾਂ ਕੁੱਟਿਆ, ਰੋਡ 'ਤੇ ਘੜੀਸਿਆ, ਉਹਨਾਂ ਦੇ ਕਕਾਰਾਂ ਦੀ ਬੇਅਦਬੀ ਹੋਈ, ਦਸਤਾਰ ਨੂੰ ਪੈਰਾਂ ਵਿੱਚ ਰੋਲਿਆ ਗਿਆ, ਉਸ ਚੀਜ਼ ਦਾ ਹਰ ਸਿੱਖ ਦੇ ਅੰਦਰ ਬਹੁਤ ਗੁੱਸਾ ਹੈ। ਉਹ ਗੁੱਸੇ ਨੂੰ ਆਪਦੇ ਕੰਮ ਧੰਦੇ, ਜ਼ਰੂਰੀ ਕੰਮ ਛੱਡ ਕੇ ਸ੍ਰੀ ਗੁਰੂ ਸਿੰਘ ਸਭਾ ਕਲਕੱਤਾ ਦੇ ਸੱਦੇ 'ਤੇ ਅੱਜ ਕਲਕੱਤੇ ਦਾ ਭਾਈਚਾਰਾ ਰਾਹਾਂ ਦੇ ਉੱਤੇ ਹੈ। ਇਸ ਤਰੀਕੇ ਦਾ ਸਬੂਤ ਸਾਨੂੰ ਸਿੱਖਾਂ ਨੂੰ ਹਰ ਇੱਕ ਮਸਲੇ 'ਚ ਇਕੱਠੇ ਹੋ ਕੇ ਦੇਣਾ ਚਾਹੀਦਾ। ਜਸਟਿਸ, ਜਸਟਿਸ, ਮੁਰਦਾਬਾਦ।